जी ते बहुत गत के तुहानू मास्टर कहिंदे सी, मास्टर संतोख सिंह दलां दे पुराने सारे सिंह जाणदे आ मास्टर संतोख सिंह। 100 साल दे करीब होके संसार तों गया है ते कुछ वचन उहने अपने हड बीतियां सुनाईयां ते जो सामने होईयां ओह सुनाईयां। ते उंज वी मेरा वादा है वी इक अद्धा मैं तुहानू यूट्यूब ते पाउण वास्ते नाल नाल दिंदे रहिणा ते तुसीं लक्कां म लगे रहो। उन्हां वीरां वास्ते वी एक होर साखी दे रहा। ते बाबा संतोख सिंह जी कहिंदे वी मैं उस थान ते हाजर सां अमृतसर दे बड़े बड़े लम्मे कदां वाले गुरसिख आए ते जदों माता दे आए उन्होंने लंगर साहब प्रसाद कहिंदे माता दे जाके छकना, माता साहिब कौर दा लंगर, माता साहिब कौर दे स्थान ते बाबा मित सिंह जी सेवादार, ਉਹ ਨਿਹੰਗ ਸਿੰਘ ਸੰਪਰਦਾ ਕੋਲ ਹੈ ਅੱਜ ਵੀ ਬਾਬਾ ਪ੍ਰੇਮ ਸਿੰਘ ਨੂੰ ਉੱਤੇ। ਉੱਥੇ ਆ ਗਏ ਅਤੇ ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਮਿਤ ਸਿੰਘ ਜੀ, ਅਤੇ ਜਦੋਂ ਆਏ ਕਹਿੰਦੇ ਆਓ ਵੀ ਗੁਰੂ ਪਿਆਰੇ, ਬਹੁਤ ਪਿਆਰ ਕਰਦੇ ਸੁਨੇਹ ਜੀ, ਆਓ ਵੀ ਗੁਰੂ ਪਿਆਰੇ। ਕਹਿੰਦੇ ਬਾਬਾ ਜੀ ਵੀ ਸੰਗਤਾਂ ਭੁੱਖੀਆਂ, ਵੀ ਅਸੀਂ ਛਕਣਾ ਕੜਾਹ ਪ੍ਰਸ਼ਾਦ, ਵੀ ਖੁੱਲ੍ਹਾ ਬਣਾਓ। ਉਹ ਕਹਿੰਦੇ ਭਾਈ ਮਾਤਾ ਦੇ ਘਰ ਕੋਈ ਘਾਟਾ ਥੋੜ੍ਹਾ, ਜੇ ਪੁੱਤਾਂ ਨੂੰ ਕੜਾਹ ਪ੍ਰਸ਼ਾਦ ਚਾਹੀਦਾ, ਲਓ ਵੀ ਧਰੋ ਕੜਾਹ ਬਣਾਓ। ਅਤੇ ਉਹਨੂੰ ਕਹਿੰਦੇ ਤੁਸੀਂ ਇਸ਼ਨਾਨ ਪਾਨ ਕਰੋ, ਤੁਸੀਂ ਇਹਨੇ ਮੱਥਾ ਟੇਕੋ, ਬੈਠੋ, ਲੰਗਰ ਤਿਆਰ ਕਰਦੇ ਹਾਂ। ਜੇ ਪਹਿਲਾਂ ਕਹਿ ਦਿੰਦੇ ਉਦੋਂ ਸਿਸਟਮ ਨਹੀਂ ਸੀ ਹੁੰਦਾ ਅਜਾ। ਅਤੇ ਲਾਂਗਰੀ ਸਿੰਘ ਸੇਵਾਦਾਰ ਕੋਲ ਨੂੰ ਆ ਕਹਿੰਦਾ ਬਾਬਾ ਜੀ ਤੁਸੀਂ ਕੜਾਹ ਪ੍ਰਸ਼ਾਦ ਦੀ ਹਾਂ ਕਰ ਲਈ, ਲੰਗਰ ਦੇ ਵਿੱਚ ਤਾਂ ਕੀ ਮਸਤਾਨਾ ਹੋਇਆ, ਕੀ ਨਹੀਂ ਹੈ? ਉਹ ਕਹਿੰਦੇ ਨਹੀਂ ਹੈ, ਇੱਥੇ ਲਾਂਭ ਦੇ ਨਗਰ 'ਤੇ ਲਾਇਆ। ਉਹ ਗੁਰਮੁਖ 4 ਨਗਰਾਂ ਵਿੱਚ ਫਿਰੇ, ਇਵੇਂ ਧਿਆਨ ਦੇਖੋ ਕੈਸਾ, ਪਰ ਕੀ ਨਹੀਂ ਮਿਲਿਆ। ਇਹ ਸੰਤੋਖ ਸਿੰਘ ਨੇ ਆਪਣੀ ਜ਼ਬਾਨੀ ਦਾਸ ਨੂੰ ਕਹਾਣੀ ਸੁਣਾਈ। ਕਹਿੰਦੇ ਜੀ 4 ਨਗਰਾਂ ਦੇ ਜੋ ਖਾਲੀ ਮੁੜਿਆ, ਕਹਿੰਦੇ ਬਾਬਾ ਜੀ ਕਿਤੇ ਨਹੀਂ ਮਿਲਿਆ, ਆਧਾਰ ਵੀ ਕਿਤੇ ਮਿਲੇ ਹੀ ਨਹੀਂ ਹੈਗੀ। ਕਹਿੰਦੇ ਫਿਰ ਕੜਾਹ ਪ੍ਰਸ਼ਾਦ ਤਾਂ ਜ਼ਰੂਰ ਛਕਾਉਣਾ। ਕਹਿੰਦੇ ਫਿਰ ਮਾਤਾ ਤੋਂ ਆਧਾਰਾ ਲੈ ਲਓ। ਓਕੇ ਜੀ ਕਿਸ ਮਾਤਾ ਤੋਂ? ਕਹਿੰਦੇ ਮਾਤਾ ਸਾਹਿਬ ਕੌਰ ਤੋਂ ਆਧਾਰਾ ਲੈ ਲਓ। ਕਹਿੰਦੇ ਜੀ ਮਾਤਾ ਤੱਕ ਤਾਂ ਪਹੁੰਚ ਲਾਡਲੇ ਪੁੱਤ ਦੀ ਹੋ ਸਕਦੀ ਹੈ, ਸਾਨੂੰ ਤਾਂ ਮਾਤਾ ਦੇ ਕਦੇ ਦਰਸ਼ਨ ਨਹੀਂ ਹੋਏ। ਕਹਿੰਦੇ ਮਾਤਾ ਤਾਂ ਵਿਆਪਕ ਹੈ, ਜੇ ਗੁਰੂ ਗੋਬਿੰਦ ਸਿੰਘ ਦਾ ਵੀ ਮਹਿਮਾ ਅਪਰ ਪਾ ਰਿਹਾ ਤੇ ਮਾਤਾ ਸਾਹਿਬ ਕੌਰ ਦੀ ਮਹਿਮਾ ਵੀ ਅਪਰ ਪਾ ਰਹੀ ਹੈ। ਕਹਿੰਦੇ ਗੁਰਮੁਖ ਐਂ ਕਰ ਬਈ, ਮੈਂ ਧਰਦਿਆਂ ਕੜਾਹੀ ਮਾਂ ਸਮਾਰ ਕੇ ਸੁੱਚ ਪਵਿੱਤਰ ਰੱਖਦੇ ਸੀ, ਖੁਰਚਣਾ ਤਿਆਰ, ਬਾਕੀ ਸਾਰੀਆਂ ਰਸਤਾਂ ਬਸਤਾਂ, ਇੱਕ ਇਕੱਲਾ ਘੀ ਨਹੀਂ, ਬਾਕੀ ਸਭ ਕੁਛ ਤਿਆਰ ਹੈ, ਖੰਡ ਤਿਆਰ ਹੈ, ਚੂਨਾ ਤਿਆਰ ਹੈ, ਚਾਸ ਬਣਾ ਲਈ ਹੈ। ਕਹਿੰਦੇ ਵੀ ਇਸ ਤਰ੍ਹਾਂ ਕਰ, ਆ ਚੁੱਕ ਗਾਗਰ, ਗੋਦਾਵਰੀ ਦੇ ਵਿੱਚ ਚਲਾ ਜਾ, ਜਾ ਕੇ ਉੱਥੇ ਖੜ ਕੇ ਮਾਤਾ ਸਾਹਿਬ ਕੌਰ ਨੂੰ ਯਾਦ ਕਰਕੇ ਅਰਦਾਸ ਕਰੀ ਵੀ ਤੇਰੇ ਪੁੱਤਾਂ ਦੇ ਲਈ ਘੀ ਚਾਹੀਦਾ ਮਾਤਾ, ਅਤੇ ਆਧਾਰ ਵਾਪਸ ਕਰ ਦਿਆਂਗੇ, ਕੋਈ ਬੇਈਮਾਨਾ ਨਹੀਂ ਹੋਊਗਾ, ਗੜਬੜ ਨਹੀਂ ਹੋਊਗੀ, ਵੀ ਇਸ ਕਰਕੇ ਘੀ ਦੀ ਬਖਸ਼ਿਸ਼ ਕਰ ਦੇ। ਮਾਤਾ ਸਾਹਿਬ ਕੌਰ ਨੂੰ ਅਰਦਾਸ ਕੀਤੀ। ਸੰਤੋਖ ਸਿੰਘ ਕਹਿੰਦਾ ਮੈਂ ਨਾਲ ਗਿਆ, ਔਰ ਜਦੋਂ ਭਰੀ ਗਾਗਰ ਪਾਣੀ, ਰਸਤੇ ਵਿੱਚ ਆਈ ਗਾਗਰ ਛਲਕਦੀ ਪਾਣੀ, ਕਹਿੰਦਾ ਉਹਨੂੰ ਗੁਰਸਿੱਖ ਨੂੰ ਕਿਹਾ ਸੀ ਵੀ ਪਿੱਛਾ ਮੁੜ ਕੇ ਨਹੀਂ ਦੇਖਣਾ ਅਤੇ ਮੂਲ ਮੰਤਰ ਦਾ ਪਾਠ ਨਹੀਂ ਬੰਦ ਕਰਨਾ, ਕੜਾਹੀ ਤੱਕ ਮਾਤਾ ਸਾਹਿਬ ਕੌਰ ਦਾ ਧਿਆਨ ਧਰਕੇ, ਮਾਤਾ ਘੀ ਚਾਹੀਦਾ, ਬਸ ਮੂਲ ਮੰਤਰ ਦਾ ਪਾਠ ਕਰਦਾ ਚੱਲਿਆ, ਤੇਰੀ ਡਿਊਟੀ ਇੰਨੀ ਹੈ ਸਿਰਫ, ਬਾਕੀ ਫਿਰ ਮਾਤਾ ਜਾਣੇ ਅਤੇ ਮਾਤਾ ਦੇ ਪੁੱਤ ਜਾਣਨ। ਸੰਤੋਖ ਸਿੰਘ ਕਹਿੰਦਾ ਮੈਂ ਕਿਹਾ ਵੀ ਬਾਬਿਆਂ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ, ਜੇ ਦੇਖੋ ਪਾਣੀ ਦੇ ਵਿੱਚ ਥੋੜ੍ਹੀ ਬਣ ਸਕਦਾ, ਵੀ ਇਹ ਕਿਸ ਤਰ੍ਹਾਂ ਖੇਡ, ਵੀ ਪਾਣੀ ਨੂੰ ਘੀ ਮੰਨ ਕੇ ਕੜਾਹ ਪ੍ਰਸ਼ਾਦ ਕਿਵੇਂ ਬਣੂੰਗਾ। ਇਹ ਦੱਸਦਿਆਂ ਭਾਵੁਕ ਹੋ ਗਏ ਮਾਸਟਰ ਸੰਤੋਖ ਸਿੰਘ, ਕਹਿੰਦੇ ਜੀ ਉੱਥੇ ਤੱਕ ਕੜਾਹੀ ਤੱਕ ਪਾਣੀ, ਪਰ ਜਦੋਂ ਕੜਾਹੀ ਦੇ ਵਿੱਚ ਪਾਉਣ ਲੱਗੇ ਹੈ, ਉੱਪਰ ਤੋਂ ਪਾਣੀ ਦਿਖਦਾ ਅਤੇ ਕੜਾਹੀ ਦੇ ਵਿੱਚ ਘੀ ਦਿਸਦੇ ਹੈ, ਕਹਿੰਦਾ ਮੇਰੇ ਸਾਹਮਣੇ ਇਹ ਗੱਲ ਬਣੀ, ਔਰ ਕੜਾਹ ਪ੍ਰਸ਼ਾਦ ਬਣਿਆ ਅਤੇ ਇੰਨੇ ਨੇ ਰੁੱਗ ਭਰ ਕੇ ਦਿੱਤੇ ਸਾਰਿਆਂ ਨੂੰ। ਅਤੇ ਗੁਰੂ ਘਰ ਦੇ ਵਿੱਚ ਕਦੀ ਕਮੀ ਨਹੀਂ ਹੋ ਸਕਦੀ, ਇਹ ਸਿੱਧੀ ਹੈ, ਸਤਿਪੁਰਸ਼ਾਂ ਦੇ ਵਿੱਚ ਹੁੰਦੀ ਹੈ। ਇਹ ਨਹੀਂ ਵੀ ਸਿੱਧਾਂ ਦੇ ਵਿੱਚ ਇਹ ਕਰਾਮਾਤਾਂ ਹੁੰਦੀਆਂ ਸੀ ਵੀ ਗੁਰਸਿੱਖਾਂ 'ਚ ਨਹੀਂ ਹੋ ਸਕਦੀਆਂ, ਕੌਣ ਕਹਿੰਦਾ ਗੁਰਸਿੱਖਾਂ 'ਚ ਨਹੀਂ ਹੋ ਸਕਦੀਆਂ? ਕਹਿੰਦੇ ਜਿਸ ਵੇਲੇ ਘੀ ਆਇਆ, ਬਾਬਾ ਮਿਤ ਸਿੰਘ ਜੀ ਕਹਿਣ ਲੱਗੇ
ਜਿਹੜਾ ਇਮਾਨਤ ਵਿੱਚ ਖਿਆਨਤ ਕਰ ਦੇਵੇ, ਕਹਿੰਦੇ ਮੁੜ ਕੇ ਆਧਾਰ ਚੀਜ਼ ਬੰਦ ਹੋ ਜਾਂਦੀ ਹੈ, ਕਹਿੰਦੇ ਮੁੜ ਕੇ ਵਾਪਸ ਕਰਕੇ ਆਓ, ਗਾਗਰ ਭਰ ਕੇ ਉਸੇ ਤਰ੍ਹਾਂ ਫਿਰ ਡੋਲ ਕੇ ਵੀ ਆਉਂਦੀ ਪਾਣੀ ਦੇ ਵਿੱਚ। ਗੁਰੂ ਘਰ ਦੇ 'ਚ ਕਦੇ ਕਾਮੀ ਨਹੀਂ ਹੋ ਸਕਦੀ। ਇਹ ਖੇਡਾਂ ਮਹਾਰਾਜ ਦੀਆਂ ਪੂਰੇ ਸੰਸਾਰ ਦੇ ਗੁਰਦੁਆਰਿਆਂ 'ਚ, ਇੱਕ ਮਾਤਾ ਸਾਹਿਬ ਕੌਰ ਦੇ ਗੁਰਦੁਆਰੇ ਪਿੱਛੇ ਜੇ ਉੱਥੇ ਗਏ ਸਾਂ, ਗਿਆਨੀ ਪਿੰਦਰਪਾਲ ਸਿੰਘ ਜੀ ਅਤੇ ਦਾਸ, ਉੱਥੇ ਅੱਧਾ ਅੱਧਾ ਘੰਟਾ ਕਥਾ ਦਾ ਲਾਇਆ ਸੀ ਦੋਨਾਂ ਨੇ। ਮੈਂ ਤਾਂ ਕਿਹਾ ਗਿਆਨੀ ਜੀ ਤੁਸੀਂ ਕਰੋ, ਮੈਨੂੰ ਬੜਾ ਚੰਗਾ ਲੱਗਦੇ ਹੋ, ਤੁਸੀਂ ਕਥਾ ਕਰਦੇ ਹੋ, ਬਹੁਤ ਪਿਆਰੇ ਲੱਗਦੇ ਹੋ। ਉਂਗਲਾਂ 'ਤੇ ਗਿਣਨ ਵਾਲੇ ਗਿਆਨੀ, ਗਿਆਨੀ ਸਾਹਿਬ ਸਿੰਘ ਜੀ ਕਨੇਡਾ ਵਾਲੇ, ਵੈਨਕੂਵਰ ਵਾਲੇ, ਬਹੁਤ ਮਿੱਠੀ ਅਤੇ ਪਿਆਰੀ ਕਥਾ ਕਰਨ ਵਾਲੇ, ਅਤੇ ਗਿਆਨੀ ਜੀ ਹੋਰੀ ਪਿੰਦਰਪਾਲ ਸਿੰਘ ਭਿੱਜ ਕੇ ਕਥਾ ਕਰਦੇ, ਅਤੇ ਅਮਰੀਕ ਸਿੰਘ ਜੀ ਨੇ ਗਿਆਨੀ ਜੀ ਚੰਡੀਗੜ੍ਹ ਵਾਲੇ, ਕੁਛ ਗੁਰਮੁਖ ਨੇ ਜਿਹੜੇ, ਬਹੁਤ ਟੁੰਬਦੀ ਆ ਕਥਾ ਉਹਨਾਂ, ਅਤੇ ਕਹਿੰਦੇ ਨਹੀਂ ਬਾਬਾ ਜੀ ਉਹ ਦੁਆਦ ਕਰਾਂਗੇ, ਕੁਛ ਮੈਂ ਬੋਲੂੰ ਕੁਛ ਨਹੀਂ। ਅਤੇ ਉਸ ਥਾਂ 'ਤੇ ਜਿੰਨਾ ਚਿਰ ਬਾਬਾ ਮਿੱਤ ਸਿੰਘ ਜੀ ਰਹੇ, ਇੱਕੋ ਹੀ ਉਹ ਗੁਰਦੁਆਰਾ ਮਾਤਾ ਸਾਹਿਬ ਕੌਰ ਦਾ ਜਿੱਥੇ ਗੋਲਕ ਨੂੰ ਜਿੰਦਾ ਨਹੀਂ ਸੀ ਲੱਗਿਆ ਹੋਇਆ, ਨਹੀਂ ਸੀ ਲਾਉਂਦੇ ਬਾਬੇ। ਉਹ ਕਹਿੰਦੇ ਤੁਹਾਡੀ ਵੀ ਮਾਂ ਅਤੇ ਸਾਡੀ ਵੀ ਮਾਂ, ਕੋਈ ਪਾਈ ਜਾਏ ਕੋਈ ਕੱਢੀ ਜਾਏ, ਬਾਬਿਆਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਕਦੇ ਧੋਟ ਨਹੀਂ ਆਈ, ਲੰਗਰ ਚੱਲਦਾ ਰਿਹਾ। ਇੱਕ ਦਿਨ ਕਿਤੇ ਨਿਹੰਗ ਸਿੰਘ ਕਹਲਾ ਮਾਰਨ ਲੱਗਿਆ ਗੋਲਕ 'ਚ, ਗੋਲਕ ਕੀ ਸੀ, ਬੜਾ ਸਾਰਾ ਡੱਬਾ ਵੱਢ ਕੇ ਨਾ ਉੱਪਰ 'ਤੇ ਢੱਕਣ ਲਾਇਆ ਸੀ ਉਹਨੂੰ, ਉੱਪਰ ਵੱਢਾ ਜਿਹਾ, ਜਿੰਦਾ ਕੋਈ ਨਹੀਂ ਸੀ। ਉਹ ਨਿਹੰਗ ਸਿੰਘ ਲੱਗਿਆ ਹੱਲਾ ਮਾਰਨ, ਬਾਬਿਆਂ ਨੂੰ ਜਾ ਕੇ ਕਹਿੰਦੇ ਜੀ ਨਿਹੰਗ ਸਿੰਘ ਮਾਇਆ ਕੱਢਦਾ, ਖਬਰਦਾਰ ਜੇ ਸਿੰਘ ਦੀ ਬਦਨਾਮੀ ਕੀਤੀ, ਖਬਰਦਾਰ ਹੋ ਜੀ, ਉਹਦੀ ਵੀ ਮਾਂ ਉਨੀ, ਤੇਰੀ ਵੀ ਉਨੀ, ਮੇਰੀ ਤੈਨੂੰ ਲੋੜ ਹੈ ਤੂੰ ਕੱਢ ਲੈ ਜਾ ਕੇ, ਸ਼ਿਕਾਇਤ ਕਰਨ ਆਇਆ ਮੇਰੇ ਕੋਲ, ਉਹਦੀ ਨਹੀਂ ਮਾਂ, ਉਹਨੇ ਲੋੜ ਪੈ ਗਈ ਹੋਣੀ ਵਿਚਾਰੇ ਨੂੰ। ਇਹਦੀ ਭਾਵਨਾ ਵਾਲੇ ਮਹਾਂਪੁਰਸ਼ਾਂ ਨੂੰ, ਉਹਨਾਂ ਬ੍ਰਹਮ ਗਿਆਨ ਨੂੰ ਕਿਵੇਂ ਭੁੱਲ ਜਾਓਗੇ? ਨਾਸਤਿਕ ਲੋਕਾਂ 'ਤੇ ਡਰਦੇ ਮਾਰੇ ਕਹਿ ਦੀਏ ਵੀ ਉਹਨਾਂ ਦੀਆਂ ਗੱਲਾਂ ਨਾ ਕਰੀਏ, ਕਿਵੇਂ ਹੋ ਜਾਏਗਾ? ਇਹ ਤਾਂ ਫਿਰ ਬੇਇਨਸਾਫੀ ਹੋ ਜਾਏਗੀ ਉਹਨਾਂ ਬ੍ਰਹਮ ਗਿਆਨੀਆਂ ਦੇ ਨਾਲ। ਗੁਰੂ ਘਰ ਦੀਆਂ ਐਸੀਆਂ ਅਨੰਤ ਸਾਧ ਸੰਜੀਵ ਸ਼ਕਤੀਆਂ, ਇਸ ਕਰਕੇ ਗੁਰੂ ਅਰਜਨ ਦੇਵ ਜੀ ਬੈਠੇ ਹਨ, ਉਦੋਂ ਦਾ ਲੰਗਰ ਥੋੜ੍ਹਨਾ ਕੀ ਹੈ, ਆ ਬਾਬਾ ਮਿੱਤ ਸਿੰਘ ਨੇ ਨਹੀਂ ਥੋੜ੍ਹਨ ਦਿੱਤਾ ਉਹਦੇ ਮਾਤਾ ਸਾਹਿਬ ਕੌਰ ਦਾ ਲੰਗਰ,